ਹਾਂਜੀ ਹਾਂਜੀ ਉਹ ਡਿਸਟਰਬੈਂਸ ਆ ਗਈ ਸੀ ਵਿੱਚ ਅੱਜ ਦਾ ਦਿਨ ਆ ਇੰਡੀਅਨ ਮੀਡੀਆ ਬਾਰੇ ਆਪਾਂ ਪੋਸਟਮਾਰਟਮ ਕਰਨਾ ਆ ਇੰਡੀਅਨ ਮੀਡੀਆ ਨੇ ਬੜੀ ਅੱਤ ਚੁੱਕੀ ਆ ਪਿਛਲੇ 15 ਦਿਨ ਘੁਸ ਕੇ ਮਾਰੇਂਗੇ ਹਾਂ ਉਹ ਸੁਣਾਓ ਦਿੱਲੀ ਦੇ ਉਹ ਦੱਲਿਓ ਹਾਂ ਮਾਰ ਲਿਆ ਘੁਸ ਕੇ ਹਾਂ ਤਾਊ ਬਾਜਵੇ ਦੇ ਇੱਕ ਧੱਕੇ ਨੇ ਧਰਨਾ ਟਿਕਾਣੇ ਕਰਤੀ ਮੋਦੀ ਦੀ ਤੇ ਹੁਣ ਜੇ ਕੋਈ ਸ਼ਰਮਨਾ ਦੀ ਚੀਜ਼ ਹੋਈ ਨਾ ਤੇ ਡੁੱਬ ਕੇ ਮਰ ਜਾਓ ਬੜਾ ਜ਼ਿਆਦਾ ਤੁਸੀਂ ਅੱਤ ਚੁੱਕੀ ਸੀ ਘੁਸ ਕੇ ਮਾਰੇਂਗੇ ਲੈ ਵੇਖ ਲਿਆ ਹਾਂ ਉਹਨਾਂ ਨੂੰ ਵੀ ਪਤਾ ਸੀ ਬੱਕਰੇ ਆਉਣੇ ਆ ਉਹਨਾਂ ਨੇ ਸਭ ਤੋਂ ਪਹਿਲਾਂ ਹਥਿਆਰ ਤੱਤੇ ਕਰਕੇ ਰੱਖੇ ਹੋਏ ਸੀ ਤੇ ਤੁਹਾਡੇ ਵੱਲੋਂ ਵੀ ਪੁੱਜ ਗਈ ਤੁਸੀਂ ਕੋਈ ਵੀ ਕਸਰ ਨਹੀਂ ਛੱਡੀ ਤੇ ਦੁਨੀਆ ਨੇ ਵੀ ਇਹ ਪਹਿਲੀ ਮੈਂ ਕੌਮ ਵੇਖੀ ਆ ਜਿਹੜੀ ਮੌਤ ਦੇ ਜਸ਼ਨ ਮਨਾਉਂਦੀ ਪਈ ਆ ਲੱਡੂ ਵੰਡਦੇ ਪਏ ਆ ਵੀ ਪਾਕਿਸਤਾਨ ਕੋ ਘੁਸ ਕੇ ਮਾਰੇਂਗੇ ਇਹ ਵੀਰ ਇਹ ਅਜੇ ਦੇਵਗਨ ਦੀ ਫਿਲਮ ਨਹੀਂ ਹਾਂ ਇਹ ਅਜੇ ਦੇਵਗਨ ਦੀ ਫਿਲਮ ਨਹੀਂ ਵੀ ਘੁਸ ਕੇ ਮਾਰੇਂਗੇ ਸਾਈ ਅੱਗੋਂ ਸਾਰਾ ਕੁਛ ਤਿਆਰ ਕਰਕੇ ਬੈਠੇ ਹੋਏ ਆ ਤੇ ਲੱਗ ਗਿਆ ਪਤਾ ਹਾਂਜੀ 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 ਓਕੇ ਤੇ ਜਿਹੜੇ ਆਪਣੇ ਹੈਗੇ ਸੀ ਹਮਾਰੇ ਪੈਲਟਵਾ ਤੋਂ ਉਧਰ ਕੈਪਚਰ ਹੋ ਗਏ ਹੈਂ ਪੈਲਟਵਾ ਕੋ ਤੋਂ ਉਧਰ ਬਹੁਤ ਅੱਛਾ ਸਾ ਸਵਾਗਤ ਕੀਆ ਗਿਆ ਹਮਾਰੇ ਪੈਲਟਵਾ ਕਾ ਤੇ ਜਹਾਜ਼ ਹਮਾਰੇ ਉਹਨਾਂ ਨੇ ਐਸੇ ਗਿਰਾਏ ਜੈਸੇ ਗਰੀਬ ਦੀ ਕੰਧ ਤੋਂ ਲਿਓੜ ਡਿੱਗਦੇ ਹੈਂ ਠੀਕ ਆ ਕਵਾੜ ਇਕੱਠਾ ਕਰਕੇ ਜੰਗਾਂ ਨਹੀਂ ਲੜੀਆਂ ਜਾਂਦੀਆਂ ਹੈਂ ਕਵਾੜ ਇਕੱਠਾ ਕਰਕੇ ਜੰਗਾਂ ਨਹੀਂ ਲੜੀਆਂ ਜਾਂਦੀਆਂ ਤੇ ਮੁੱਛਾਂ ਰੱਖ ਕੇ ਤੇ ਫਾਈਟਰ ਜੈਟ ਨਹੀਂ ਡਿੱਗੇ ਜਾਂਦੇ ਤੇ ਅਬ ਅਭਿਨੰਦਨ ਵਾ ਚਲੋ ਉਹ ਉਧਰ ਗਿਰੇ ਥੋੜੀ ਆਓ ਭਗਤ ਤੋਂ ਹੋਣੀ ਸੀ ਹੈਂ ਉਹ ਆਓ ਭਗਤ ਉਹਨਾਂ ਨੇ ਕੀਤੀ ਤੇ ਬਾਕੀ ਨਿੱਕੀ ਨਿੱਕੀ ਚਪੇੜ ਵੀ ਵੱਜੀ ਚੱਲ ਚਪੇੜਾਂ ਤਾਂ ਭੁੱਲ ਜਾਣਗੀਆਂ ਜਿਹੜੀਆਂ ਚੋਂਦੀਆਂ ਗਾਲਾਂ ਸੁਣੀਆਂ ਉਹ ਤਾਂ ਅਭਿਨੰਦਨ ਦੇ ਕੰਨਾਂ ਚੋਂ ਸੇਕ ਕਈ ਸਾਲਾਂ ਤੱਕ ਨਿਕਲਦਾ ਰਹਿਣਾ ਆ ਹੈਂ ਤੇ ਹੁਣ ਕੋਈ ਸ਼ਰਮਨਾ ਦੀ ਜੇ ਚੀਜ਼ ਹੋਈ ਤੇ ਇਹ ਮੀਡੀਆ ਹੁਣ ਕੱਲ ਪਰਸੋਂ ਦਾ ਹੋਣਾ ਮੂੰਹ ਲਟਕਾਇਆ ਹੋਇਆ ਆ ਹਮਾਰੇ ਅਭਿਨੰਦਨ ਵਾ ਵਾਪਸ ਕਰੋ ਪਹਿਲਾਂ ਨਹੀਂ ਸੀ ਪਤਾ ਤੇ ਪੀਐਮ ਇਮਰਾਨ ਖਾਨ ਨੇ ਇੰਨੀਆਂ ਵਧੀਆ ਮਤਲਬ ਆਫਰ ਕੀਤੇ ਪਹਿਲਾਂ ਤੇ ਜਿਹੜੇ ਟੀਵੀ ਐਂਕਰ ਸੀ ਉਹ ਅੱਗੋਂ ਕਹਿੰਦੇ ਪਏ ਸੀ ਨਹੀਂ ਅਸੀਂ ਨੀ ਤੁਹਾਡੇ ਨਾਲ ਗੱਲ ਕਰਨੀ ਜਿਵੇਂ ਮਤਲਬ ਇਮਰਾਨ ਖਾਨ ਟੀਵੀ ਐਂਕਰਾਂ ਨੂੰ ਮਤਲਬ ਕਹਿ ਰਹੇ ਸੀ ਵੀ ਆਜੋ ਸਾਡੇ ਨਾਲ ਗੱਲਬਾਤ ਕਰੋ ਇੰਡੀਅਨ ਮੀਡੀਆ ਦੀ ਇੰਨੀ ਫੱਟੀ ਪੋਚੀ ਗਈ ਆ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਲੋਕ ਲਾਹਨਤਾਂ ਪਾ ਰਹੇ ਆ ਹੋਰ ਕੰਟਰੀਆਂ ਦਾ ਮੀਡੀਆ ਇਹਨਾਂ ਨੂੰ ਲਾਹਨਤਾਂ ਪਾ ਰਿਹਾ ਆ ਤੇ ਇਹਨਾਂ ਨੇ ਪੂਰੀ ਜੰਗ ਲੜੀ 7-8 ਦਿਨ ਤੇ 7-8 ਦਿਨਾਂ ਬਾਅਦ ਉਹ ਹੀ ਲੌਟ ਕੇ ਬੁੱਧੂ ਘਰ ਕੋ ਆਏ 100 ਛਿੱਤਰ ਵੀ ਖਾਧਾ ਤੇ 100 ਗੰਢਾ ਵੀ ਖਾਧਾ ਹੈਂ ਤੇ ਹੁਣ ਤੁਸੀਂ ਐਂ ਕਰੋ ਮੇਰੇ ਵੀਰ ਤੁਸੀਂ ਨਾ ਠੰਡੇ ਠੰਡੇ ਜਾ ਕੇ ਤੇ ਇੱਕ ਫਿਲਮ ਬਣਾਓ ਹੈਂ ਉਹ ਫਿਲਮ ਦਾ ਨਾਂ ਰੱਖੋ ਘੁਸ ਕੇ ਮਾਰੇਂਗੇ ਤੇ ਫਿਰ ਸਾਡਾ ਕਰੋ ਮਨੋਰੰਜਨ ਤੁਸੀਂ ਤੇ ਅਸੀਂ ਵੇਖਾਂਗੇ ਵੀ ਘੁਸ ਕੇ ਕਿਵੇਂ ਮਾਰੀਦਾ ਆ ਵੀ ਪੁੱਜ ਗਈ ਇਹ ਮੀਡੀਆ ਨੇ ਇੰਨੀ ਅੱਤ ਚੁੱਕੀ ਇੰਨੀ ਹਾਲਾਂਕਿ ਸੋਸ਼ਲ ਮੀਡੀਆ ਤੇ ਲੋਕਾਂ ਨੇ ਬਹੁਤ ਜ਼ਿਆਦਾ ਮਤਲਬ ਪੀਸ ਵਾਸਤੇ ਬੋਲਿਆ ਸਾਰਿਆਂ ਨੇ ਕਿਸੇ ਨੇ ਨਹੀਂ ਕਿਹਾ ਖਾਸ ਕਰਕੇ ਲਹਿੰਦੇ ਚੜ੍ਹਦੇ ਪੰਜਾਬ ਵਾਲਿਆਂ ਨੇ ਤਾਂ ਕੁਛ ਨਹੀਂ ਇਹੋ ਜਿਹਾ ਕਿਹਾ ਪਰ ਜਿਹੜੇ ਉਹ ਪਰਾਂ ਬੈਠੇ ਹੋਏ ਆ ਮਹਾਰਾਸ਼ਟਰ ਸਾਈਡ ਦਿੱਲੀ ਤੋਂ ਪਰਾਂ ਜਮਨਾ ਪਾਰ ਹੈ ਦਿੱਲੀ ਕੇ ਦੱਲੇ ਉਹਨਾਂ ਨੂੰ ਥੋੜਾ ਜਿਹਾ ਜੰਗ ਦਾ ਜਨੂਨ ਜ਼ਿਆਦਾ ਸੀ ਤੇ ਇਹ ਜਨੂਨ ਮੈਂ ਤਾਂ ਪਾਕਿਸਤਾਨ ਨੂੰ ਵੀ ਕਹੂੰਗਾ ਜੇ ਕਿਤੇ ਕੰਮ ਕੁੰਮ ਖਰਾਬ ਹੋਇਆ ਨਾ ਜਿਹੜੀਆਂ ਬਾਬਰ ਗੌਰੀ ਆ ਪਰਾਂ ਨੂੰ ਉਹ ਥੋੜੀਆਂ ਜਿਹਾ ਉਹਨਾਂ ਦਾ ਮੂੰਹ ਥੋੜਾ ਜਿਹਾ ਉੱਚਾ ਰੱਖਿਆ ਜੇ ਤੇ ਫਿਰ ਪਤਾ ਲੱਗੂਗਾ ਵੀ ਘੁਸ ਕੇ ਕਿਵੇਂ ਮਾਰੀਦਾ ਆ ਉਧਰ ਜਿਹੜਾ ਪਹਿਲਾਂ ਗਿਆ ਜਿਹੜਾ ਉੱਥੇ ਸੱਟ ਕੇ ਆਇਆ ਆ ਕਿਸੇ ਖਾਲੀ ਥਾਂ ਦੇ ਉੱਤੇ ਇੱਕ ਕਾਂ ਮਰ ਗਿਆ ਉੱਥੇ ਕੁੜੀ ਜਾਵੇ ਦੇ ਪੁੱਤਰੋ ਕਿੱਥੇ ਰੱਬ ਦਾ ਦੇਣਾ ਦਿਓਗੇ ਤੁਸੀਂ ਹੈ ਜਾਨਵਰ ਮਾਰਦੇ ਫਿਰਦੇ ਆ ਉਹ ਜਦੋਂ ਮਗਰੋਂ ਆਏ ਉਹ F-16 ਤੇ ਫਿਰ ਰਾਹ ਨੀ ਲੱਭਿਆ ਫਿਰ ਪੂਛਾਂ ਚੱਕ ਲਈਆਂ ਤੇ ਜਿਵੇਂ ਕਹਿੰਦੇ ਹੁੰਦੇ ਨਾ ਵੀ ਬੰਦਾ ਭੱਜਣ ਲੱਗਾ ਆਪਦੀ ਜੁੱਤੀ ਵੀ ਛੱਡ ਜਾਂਦਾ ਆ ਉਹ ਗੱਲ ਹੋਈ ਵੀ ਉਹ ਜਿਹੜਾ ਕੋਲ ਸਾਰਾ ਸਮਾਨ ਸੀ ਉਹ ਸੱਟ ਦਿੱਤਾ ਅੱਧਾ ਕੋਈ ਚੱਲਿਆ ਅੱਧਾ ਕੋਈ ਨਹੀਂ ਚੱਲਿਆ ਤੇ ਆ ਕੇ ਹਮਨੇ ਜੋ ਜੀ 350 ਬੰਦਾ ਮਾਰਦੀ ਆ ਉਧਰ ਹੈ 350 ਬੰਦਾ ਤੇ ਗੰਨੇ ਚੂਪਦਾ ਪਿਆ ਸੀ ਇੱਕ ਥਾਂ ਤੇ ਉਹ ਤੇ ਉਹ 350 ਗਿਆ ਕਿੱਥੇ ਉਹ ਤੁਸੀਂ ਨਾਲ ਲਫਾਫੇ ਚ ਪਾ ਕੇ ਲੈ ਆਏ ਸੀ 350 ਬੰਦਾ ਹੈ
ਉਹ ਕੋਈ ਸ਼ਰਮ ਕਰੋ, ਸ਼ਰਮ ਕਰੋ, ਲੋਕਾਂ ਨੂੰ ਵਸ ਲੈਣ ਦਿਓ, ਵਸ ਲੈਣ ਦਿਓ ਲੋਕਾਂ ਨੂੰ। ਹੈਂ, ਇਮਰਾਨ ਖਾਨ ਨੇ ਜਿੰਨੀ ਵਾਰੀ ਵੀ ਸਪੀਚ ਕੀਤੀ, ਆਫਰ ਕੀਤਾ, ਉਹ ਬੰਦੇ ਦੇ ਅੰਦਰੋਂ ਲਿਆਕਤ ਝਲਕਦੀ ਆ, ਸਿਆਣਪ ਝਲਕਦੀ ਆ। ਇਹ ਚਵਲ ਚਾਹ ਵੇਚਣ ਵਾਲਾ ਹੈ ਜਿਹਨੂੰ ਤੁਸੀਂ ਚੁੱਕ ਕੇ ਚੱਡੀ ਧਾਰੀ ਉਹ ਬਣਾ ਦਿੱਤਾ ਆ ਪ੍ਰਾਈਮ ਮਿਨਿਸਟਰ, ਇਹਨੂੰ ਤਾਂ ਅਗਲ ਹੀ ਨਹੀਂ ਹੈਗੀ। ਹੁਣ ਕੋਈ ਨਾ ਕੋਈ ਅਗਲ ਵਾਲਾ ਕੰਮ ਕਰਿਓ, ਤੁਹਾਡੀ ਮਿਹਰਬਾਨੀ। ਪਾਕਿਸਤਾਨ ਦਾ ਮੀਡੀਆ ਵੀ ਬੜਾ ਵਧੀਆ ਉਹਨੇ ਰੋਲ ਨਿਭਾਇਆ, ਖਾਸ ਕਰਕੇ ਸੋਸ਼ਲ ਮੀਡੀਆ ਨੇ, ਲੋਕਾਂ ਨੇ ਬੜੀਆਂ ਵਧੀਆ ਪੋਸਟਾਂ ਸ਼ੇਅਰ ਕੀਤੀਆਂ, ਬੜੀਆਂ ਵਧੀਆ ਸਭ ਕੁਛ ਕੀਤਾ। ਤੇ ਇਹਨਾਂ ਨੂੰ ਹੁਣ ਪੂਰੀ ਨਾਨੀ ਚੇਤੇ ਆ ਗਈ ਆ, ਤੇ ਹੁਣ ਨੀ ਇਹ 4-4.5 ਸਾਲ ਹੁਣ ਨੀ ਇਹ ਅੱਖ ਚ ਪਾਏ ਰੜਕਦੇ। ਤੇ ਚਲੋ ਠੀਕ ਆ, ਮਿਹਰਬਾਨੀ, ਤੁਹਾਡਾ ਬਹੁਤ ਬਹੁਤ ਧੰਨਵਾਦ।